ਤੇ ਮੈਂ ਅੱਜ ਤੁਹਾਨੂੰ ਬਹੁਤ ਇੱਕ ਬਹੁਤ ਵਧੀਆ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਜਿੱਥੇ ਸਾਰਾ ਗਿਲੀ ਹੈਗਾ ਜਿੱਥੇ ਹੋਏ ਬੈਟਲ ਹੋਇਆ ਸੀ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਦੱਸਣਾ ਚਾਹੁੰਦਾ ਹੁਣੇ ਮੈਨੂੰ ਪਤਾ ਚੱਲਿਆ ਕਿ ਉੱਥੇ ਕੱਲ ਹੀ ਇਹ ਬੇਸਿਕਲੀ ਸਾਰਾ ਗਿਲੀ ਹੈਗਾ ਪਾਕਿਸਤਾਨ ਵਿੱਚ ਪਹਿਲਾਂ ਸਾਡੇ ਹਿੰਦੁਸਤਾਨ ਵਿੱਚ ਹੋਇਆ ਕਰਦਾ ਸੀ ਹੁਣ ਪਾਕਿਸਤਾਨ ਦੇ ਵਿੱਚ ਹੈਗਾ ਅਤੇ ਉੱਥੇ ਪਰਮਿਸ਼ਨ ਮਿਲ ਗਈ ਹੈ ਹੁਣ ਉੱਥੇ ਇੱਕ ਬਹੁਤ ਵੱਡਾ ਗੁਰਦੁਆਰਾ ਬਣ ਗਿਆ ਮਤਲਬ ਮੇਰਾ ਅੱਜ ਹੁਣੇ ਹੀ ਮੈਨੂੰ ਅੱਧੇ ਘੰਟੇ ਪਹਿਲਾਂ ਹੀ ਪਤਾ ਚੱਲਿਆ ਇਸ ਬਾਰੇ 'ਚ ਅਤੇ ਸਾਰਾ ਗੜੀ ਮੈਮੋਰੀਅਲ ਉੱਥੇ ਬਹੁਤ ਵੱਡਾ ਗੁਰਦੁਆਰਾ ਬਣਾ ਰਹੇ ਨੇ ਅਤੇ ਇਹ ਤਾਂ ਮਤਲਬ ਮੈਨੂੰ ਇੰਨੀ ਖੁਸ਼ੀ ਹੋਈ ਹੈ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਸਾਰਿਆਂ ਨੂੰ ਖੈਰ ਮੈਂ ਲੋਕਾਂ ਨੂੰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਮੈਂ ਇੱਥੇ ਸਾਰੇ ਮੀਡੀਆ ਬੈਠੇ ਹੋਏ ਨੇ ਉਹ ਲਿਖਣ ਵਾਲੇ ਨੇ ਮੈਂ ਚਾਹੁੰਦਾ ਕਿ ਇਹ ਫਿਲਮ ਨਾ ਹੀ ਸਿਰਫ ਮੈਂ ਚਾਹੁੰਦਾ ਮਾਂ ਪਿਓ ਆਪਣੇ ਬੱਚਿਆਂ ਨੂੰ ਲੈ ਕੇ ਇਹ ਫਿਲਮ ਦਿਖਾਏ ਕਿਉਂ ਕਿਉਂਕਿ ਇਹ ਸਾਡੀ ਹਿਸਟਰੀ ਦੀ ਫਿਲਮ ਇਹਦੇ ਸਾਡਾ ਇਤਿਹਾਸ ਛੁਪਿਆ ਹੋਇਆ ਔਰ ਇਹ ਕਮਾਲ ਦੀ ਗੱਲ ਹੈ ਕਿ ਇੰਨਾ ਵੱਡਾ ਮਤਲਬ ਗੂਗਲ ਵਿੱਚ ਅਗਰ ਤੁਸੀਂ ਟਾਈਪ ਕਰ ਲਓ ਕਿ ਜੀ 5 ਬਿਗੇਸਟ ਬੈਟਲ ਉਹਦੇ ਵਿੱਚ ਸਾਰਾ ਗੜੀ ਦਾ ਨੰਬਰ ਨੰਬਰ 2 ਚੱਲਦਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ 21 ਸਿੱਖ 10,000 ਇਨਵੇਡਰਸ ਦੇ ਨਾਲ ਲੜ ਪਏ ਇਸ ਬਿਲਕੁਲ ਨਹੀਂ ਸੋਚਿਆ ਕਿ ਕੀ ਹੋਣ ਵਾਲਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਕੀ ਅੰਤ ਹੋਣ ਵਾਲਾ ਲੇਕਿਨ ਲੜ ਪਏ ਆਪਣੇ ਆਨਰ ਵਾਸਤੇ ਲੜੇ ਆਪਣੇ ਕੰਟਰੀ ਵਾਸਤੇ ਲੜੇ ਅਤੇ ਆਪਣੇ ਗੁਰੂਆਂ ਵਾਸਤੇ ਲੜੇ ਕਦੀ ਨਹੀਂ ਕੁਝ ਸੋਚਿਆ ਉਹ ਲੜ ਪਏ ਬਟ ਦੈਟ ਇਜ਼ ਵੋਟ ਇਟ ਇਜ਼ ਅਬਾਊਟ ਐਂਡ ਦੁੱਖ ਦੀ ਗੱਲ ਇਹ ਸੀ ਕਿ ਇਹ ਇਤਿਹਾਸ ਦੇ ਵਿੱਚ ਸਾਡੇ ਕਿਤਾਬਾਂ ਵਿੱਚ ਜੋ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਉਹਦੇ ਵਿੱਚ ਇਹਦੇ ਬਾਰੇ ਜ਼ਰਾ ਵੀ ਜ਼ਿਕਰ ਨਹੀਂ ਸੀ ਅਤੇ ਮੈਂ ਤਾਂ ਚਾਹੁੰਦਾ ਮੈਂ ਤਾਂ ਦਰਖਾਸਤ ਕਰਨਾ ਕਿ ਇਹ ਇਸ ਤੋਂ ਵੱਡੀ ਮਤਲਬ ਕਹਾਣੀ ਕੋਈ ਨਹੀਂ ਹੈ ਇਹ ਸਾਡੇ ਇਤਿਹਾਸ ਦੀ ਕਿਤਾਬ ਵਿੱਚ ਜ਼ਰੂਰ ਆ ਅਤੇ ਬਾਕੀ ਆਈ ਐਮ ਸ਼ੋਰ ਕਿ ਸਾਰਿਆਂ ਨੂੰ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਰਿਆਂ ਨੂੰ ਪਤਾ ਹੀ ਹੈ ਲੇਕਿਨ ਇਹ ਫਿਲਮ ਦੇਖਣ ਤੋਂ ਬਾਅਦ ਬਹੁਤ ਸਾਰੀ ਇਸ ਤਰ੍ਹਾਂ ਦੀ ਵੀ ਚੀਜ਼ਾਂ ਨੇ ਜੋ ਲੋਕਾਂ ਨੂੰ ਨਹੀਂ ਪਤਾ ਉਹ ਵੀ ਪਤਾ ਚੱਲੇ ਇਹ ਵੀ ਹੋ ਜਾਏਗਾ ਅਤੇ ਬਾਕੀ ਟ੍ਰੇਲਰ ਤਾਂ ਸਾਡੇ ਆਉਣ ਤੋਂ ਪਹਿਲਾਂ ਤੁਸੀਂ ਸਾਰੇ ਦੇਖ ਹੀ ਚੁੱਕੇ ਹੋਗੇ ਔਰ ਮੈਂ ਇਹਦੇ ਵਿੱਚ ਇੱਕ ਗਾਣਾ ਹੈਗਾ ਜਿਸ ਗਾਣੇ ਦੇ ਬਾਰੇ 'ਚ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦਾ ਇਹ ਗਾਣਾ ਹੈਗਾ ਜਦੋਂ ਕੋਈ ਕਿਸੇ ਨੂੰ ਕਿਸੇ ਸੋਲਜਰ ਨੂੰ ਜਦੋਂ ਗੋਲੀ ਲੱਗਦੀ ਹੈ ਔਰ ਗੋਲੀ ਲੱਗਦੇ ਦੇਰ ਆਰ ਵੈਰੀ ਫਿਊ ਸੋਲਜਰਸ ਹੂ ਡਾਈ ਇਮੀਡੀਏਟਲੀ ਬਟ ਦੇਰ ਲੋਟ ਆਫ ਟਾਈਮ ਵੈਨ ਮਤਲਬ ਜਦੋਂ ਗੋਲੀ ਲੱਗਦੀ ਹੈ ਦੇਰ ਆਰ ਐਟਲੀਸਟ ਅਬਾਊਟ 35 to 40 ਸੈਕਿੰਡ ਔਰ 1 ਮਿੰਟ ਉਹਦੇ ਕੋਲ ਹਲੇ ਵੀ ਜਾਨ ਰਹਿੰਦੀ ਹੈ ਅਤੇ ਉਸ ਜਾਨ ਦੇ ਵਿੱਚ ਇੱਕ ਮਿੰਟ ਦੇ ਵਿੱਚ 35-40 ਸੈਕਿੰਡ ਦੇ ਵਿੱਚ ਉਹ ਕੀ ਸੋਚਦਾ ਉਹ ਕੀ ਸੋਚਦਾ ਉਹਦੀ ਸਾਰੀ ਜ਼ਿੰਦਗੀ ਉਹਦੇ ਉਹ ਇੱਕ ਮਿੰਟ ਵਿੱਚ ਸਾਰਾ ਆ ਜਾਂਦਾ ਐਂਡ ਦੈਟ ਇਜ਼ ਅ ਫੈਕਟ ਔਰ ਇਹ ਇੰਨਾ ਸੋਹਣਾ ਗਾਣਾ ਹੈ ਆਈ ਐਮ ਸ਼ੋਰ ਮਤਲਬ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ 2-3 ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਸੀ ਉਸ ਗਾਣੇ ਨੂੰ ਅਤੇ ਸਾਡੇ ਕੋਲ ਸਾਡੇ ਨਾਲ ਵੀ ਭਰਾ ਮੇਰੇ ਭਰਾ ਬੈਠੇ ਹੋਏ ਨੇ ਕਿਤੇ ਨੇ ਅਤੇ ਮੈਂ ਇਹ ਗਾਣਾ ਇਹਨਾਂ ਨੇ ਗਾਇਆ ਭਾਜੀ ਆਓ ਉੱਤੇ ਆਓ ਅਤੇ ਮਤਲਬ ਮੇਰੇ ਕਰੀਅਰ ਦਾ ਸਭ ਤੋਂ ਸੋਹਣਾ ਗਾਣਾ ਸਭ ਤੋਂ ਪਿਆਰਾ ਗਾਣਾ ਹੈ ਮੈਂ ਕਰੀਬਨ 700 ਗਾਣੇ ਕਰ ਚੁੱਕੇ ਹਾਂ 700 ਗਾਣੇ ਵਿੱਚ ਐਕਟਿੰਗ ਕਰ ਚੁੱਕੇ ਹਾਂ ਲੇਕਿਨ ਇਹ ਬਹੁਤ ਪਿਆਰਾ ਗਾਣਾ ਹੈ ਅਤੇ ਮੈਂ ਇਹਨਾਂ ਨੂੰ ਕਹਾਂਗਾ ਅਗਰ ਉਹਦੇ ਜਿੰਨਾ ਮਰਜ਼ੀ 2 ਲਾਈਨ ਨਹੀਂ ਕਹਾਂਗਾ ਨਹੀਂ ਤਾਂ 2 ਲਾਈਨ ਕਹਿ ਕੇ ਚਲੇ ਜਾਣਗੇ ਅਤੇ ਮੈਂ ਚਾਹਾਂਗਾ ਕਿ ਜਿੰਨਾ ਤੁਸੀਂ ਗਾ ਸਕੋ ਜਿੰਨਾ ਤੁਹਾਡਾ ਮਨ ਕਰੇ ਅਤੇ ਤੁਸੀਂ ਇਹ ਗਾਓ ਐਂਡ ਯਾਦ ਰੱਖਣਾ ਇਹਦੇ ਲਿਰਿਕਸ ਸੁਣਨਾ ਤੁਹਾਨੂੰ ਯਾਦ ਹੈ ਸਰ ਤਲਵਾਰਾਂ ਪੈ ਸਰ ਵਾਰ ਦੀਏ ਅੰਗਾਰੋਂ ਮੈਂ ਜਿਸਮ ਜਲਾਇਆ ਹੈ ਤਬ ਜਾ ਕੇ ਕਹੀਂ ਹਮਨੇ ਸਰ ਪੇ ਯੇ ਕੇਸਰੀ ਰੰਗ ਸਜਾਇਆ ਹੈ ਹੈ ਮੇਰੀ ਜ਼ਮੀਂ ਅਫਸੋਸ ਨਹੀਂ ਜੋ ਤੇਰੇ ਲਈ ਸੋ ਦਰਦ ਸਹੇ ਮਹਿਫੂਜ਼ ਰਹੇ ਤੇਰੀ ਆਨ ਸਦਾ ਚਾਹੇ ਜਾਨ ਮੇਰੀ ਰਹੇ ਨਾ ਮੇਰੀ ਜ਼ਮੀਂ ਮਹਿਬੂਬ ਮੇਰੀ ਮੇਰੀ
नस में तेरा इश्क बहे, फीका ना पड़े कभी अंग तेरा, जिस्मों से निकल के खून कहे। ओ तेरी मिट्टी में मिल जावा, गुल बन के मैं खिल जावा, इतनी सी है दिल की आरज़ू। तेरी नदियों में बह जावा, तेरे फसलों में लहरावा, इतनी सी है दिल की आरज़ू। ओ माई मेरी क्या फिक्र तुझे, क्यों आंख से दरिया बहता, तू कहती थी तेरा चांद हूं मैं और चांद हमेशा रहता है। ओ तेरी मिट्टी में मिल जावा, गुल बन के मैं खिल जावा, इतनी सी है दिल की आरज़ू। ओ तेरी नदियों में बह जावा, तेरे खेतों में लहरावा, इतनी सी है दिल की आरज़ू। थैंक यू बाबा, थैंक यू बाबा जी, थैंक यू। पता ही नहीं चलिया, पता नहीं वह तो मतलब कि अपने गाने करी जा रहे थे सर, वो हमें एंटरटेन कर रहे थे, पंजाबियों को एंटरटेन। अरे यार बहुत ज्यादा ही इमोशनल कर दे ने, मैं कहना है इतों दे मतलब कितने अच्छे-अच्छे सिंगर निकलते ने भाई, मैं तुम्हें देख के मतलब मेरा दिल खुश हो जाता है, मेरी जिंदगी खुश हो जाती है कि तुम्हें मैं गाने देख रहा, तुम्हारी आवाज सुनना। तो बहुत 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 धन्यवाद। तो मेरे नाम क्या कहना चाहेंगे फिल्म के बारे में? मेरी हेलो 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 मेरी भी पंजाबी इन्नी चंगी नहीं हैगी, बट टूटी फुटी जिनी भी हैगी मैं बोलांगी। थैंक यू सो मच। आई थिंक केसरी करने का सब तो बड़ा रीज़न यही सी दैट आई वॉन्टेड टू प्ले समथिंग दैट आई हैव नॉट डन बिफोर, एंड उस ईरा की फिल्म, उस पीरियड की फिल्म जिसके बारे में इतनी इन्फॉर्मेशन सानू नहीं हैगी, बट अनुराग सर ने बड़ी रिसर्च की थी सी, सो आई वॉज वेरी ऑनर्ड दैट ही चोज मी टू प्ले जीवनी कौर।